ਕੰਨ ਹਿਲਾਉਣ ਵਾਲਾ ਖਰਗੋਸ਼, ਸਮੱਗਰੀ ਕਾਗਜ਼ ਅਤੇ ਪੈਨ। ਇੱਕ 8 ਸੈਂਟੀਮੀਟਰ ਭੁਜਾ ਦਾ ਵਰਗਾਕਾਰ ਕਾਗਜ਼ ਲਓ, ਇਸ ਨੂੰ ਵਿਚਕਾਰੋਂ ਮੋੜ ਕੇ ਇੱਕ ਵੱਡੀ ਤਿਕੋਣ ਬਣਾਓ ਤੇ ਇੱਕ ਵਾਰ ਹੋਰ ਮੋੜ ਕੇ ਛੋਟੀ ਤਿਕੋਣ ਬਣਾਓ। ਇੱਕ ਪਾਸੇ ਤੇ ਗੋਲਾਕਾਰ ਚਾਪ ਲਗਾਓ ਜੋ ਖਰਗੋਸ਼ ਦਾ ਕੰਨ ਹੋਵੇਗੀ। ਕਾਗਜ਼ ਨੂੰ ਮੋੜਨ ਲਈ ਇੱਕ ਡੋਟਡ ਲਾਈਨ ਲਗਾਓ। ਇਸ ਦੇ ਹੇਠਾਂ ਇੱਕ ਅੱਖ ਬਣਾਓ। ਗੋਲਾਕਾਰ ਚਾਪ ਦੇ ਨਾਲ ਨਾਲ ਕਾਗਜ਼ ਨੂੰ ਫਾੜ ਕੇ ਇਸ ਦੇ ਲੰਬੇ ਕੰਨ ਬਣਾ ਦਿਓ। ਉੱਪਰਲੇ ਕਾਗਜ਼ ਨੂੰ ਡੋਟਡ ਲਾਈਨ ਤੋਂ ਮੋੜੋ। ਪਿਛਲੇ ਕਾਗਜ਼ ਨੂੰ ਇਸੇ ਤਰ੍ਹਾਂ ਇਸ ਦੇ ਬਰਾਬਰ ਮੋੜ ਕੇ ਅਗਲੀਆਂ ਲੱਤਾਂ ਬਣਾਓ। ਅਗਲੀਆਂ ਲੱਤਾਂ ਅਤੇ ਪਿਛਲੀ ਪੂਛ ਨੂੰ ਫੜ ਕੇ ਦਬਾਓ ਤਾਂ ਤੁਹਾਨੂੰ ਕੱਲ੍ਹ ਹਲਾਉਂਦਾ ਹੋਇਆ ਖਰਗੋਸ਼